इंडियन टीवी न्यूज, देश का तेजी से बढ़ता न्यूज नेटवर्क। नमस्कार, मैं हूं अंजलि और आप देख रहे हैं इंडियन टीवी न्यूज। तो आइए शुरुआत करते हैं आज की प्रमुख खबर से। सर, देखने को मिलता है कि पिटबुल कुत्ता अलग अलग तरह के हमले करता है। पिटबुल कुत्ता इतना खतरनाक होता है कि ये कुत्ता कई बार अपने मालिक पर भी हमला कर देता है। एक ऐसा ही मामला गांव डंगरली से सामने आया है, जिसमें पंजाब पुलिस के हेड कांस्टेबल ने अपने घर में पिटबुल कुत्ता पाला हुआ है। जब पिटबुल कुत्ता उसके छोटे बच्चों पर हमला करता है तो हेड कांस्टेबल अपने बच्चों को छुड़वाने के लिए जाता है, पिटबुल कुत्ता पर हमला कर देता है, जिसमें हेड कांस्टेबल बहुत ज्यादा घायल हो गया है। जिला रोपड़ में पड़ते गांव डंगरली में पिटबुल कुत्ते अपने मालिक के ऊपर हमला कर दिया और मालिक को बेरहमी से काट लिया। मालिक को पासी के अस्पताल में भर्ती करवाया गया, पर हालत गंभीर होने के चलते उन्हें चंडीगढ़ के सेक्टर 32 में भेज दिया गया। फिलहाल मालिक की हालत खतरे से बाहर बताई जा रही है। रोपड़ से पीयूष तनेजा की रिपोर्ट। डूडे मारे, उन्होंने बहुत औक्का चढ़ाया, फिर उसे मरंडे ले गए। मरंडे बाद मोहाली 6 फेस वाले गए, उत्ते तो रेफर गाह करता 32 में, उत्ती सारी रात तक टीके भी सवेरे जाके लगे हैं। ਜਦੋਂ ਤੁਹਾਡੇ ਤੇ ਹਮਲਾ ਕੁੱਤੇ ਨੇ ਕੀਤਾ ਸੀ, ਕਿਆ ਤੁਸੀਂ ਪੁਲਿਸ ਪ੍ਰਸ਼ਾਸਨ ਵਗੈਰਾ ਤੁਹਾਡੇ ਕੋਲ ਕਿਸੇ ਮਦਦ ਉਹਦੇ ਲਈ ਆਇਆ? ਅੱਜ ਤੋਂ ਬਾਅਦ ਚਾਹੇ ਤੇ ਟਾਈਮ ਤਾਂ ਲੱਗਦਾ ਹੀ ਹੈ, ਮਰਡਰ ਤਾਂ ਹੋਣ ਲੱਗੇ ਨੂੰ। ਹੁਣ ਤੁਹਾਡੀ ਹਾਲਤ ਕਿਵੇਂ ਹੈ ਜੀ? ਹਾਲਤ ਬਸ ਹਾਲ, ਚੱਜ ਕੇ ਬੈਠ ਵੀ ਨਹੀਂ ਹੁੰਦਾ, ਸਿੱਧੀ ਗੱਲ ਦੱਸਾਂ ਜੀ। ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਇਹਦੇ ਕੁੱਤੇ ਪ੍ਰਤੀ ਤੁਹਾਡਾ ਕੀ ਹੋਊਗਾ ਜੀ? ਤੇ ਛੱਡ ਦੇਣਾ ਸੀ ਇਹ, ਲੋਕਾਂ ਨੂੰ ਕੋਈ ਇਹਦੇ ਵਿਚਾਰ ਲਈ ਕਿ ਤੁਸੀਂ ਕੋਈ ਜਾਣਕਾਰੀ ਵਗੈਰਾ ਦਿਓਗੇ ਵੀ ਇਹ ਮਾੜਾ ਜਾਂ ਕਿਵੇਂ? ਮਾੜਾ ਹੀ ਆ, ਜਦੋਂ ਸਾਡੇ ਕੱਤਰੇ ਮਾੜਾ ਹੋ ਗਿਆ, ਹੁਣ ਅੰਦੂ ਹੋਰ ਕਿਸੇ ਵੱਲ ਪਊਗਾ, ਇਹਨਾਂ ਨੂੰ ਛੱਡ ਦਿਓ ਬਸ। ਹੁਣ ਲੋਕਾਂ ਨੂੰ ਤੁਹਾਡਾ ਕੀ ਸੁਝਾਅ ਹੈ? ਨਾ ਰੱਖੋ ਬਾਈ ਇਹਨਾਂ ਨੂੰ, ਹਾਂ ਆਪ ਤਾਂ ਚੱਲ ਬਚਾਓਗਾ ਠੀਕ, ਉਹ ਨਿਆਣੇ ਨੂੰ ਛੱਡ ਦਿੰਦਾ ਕਿਤੇ, ਹੁਣ ਤਾਂ ਮਾਰੇ ਦਿੰਦਾ ਜੇ ਫੜ ਲੈਂਦਾ। ਰਾਤੀ ਇੱਕ ਆਪਣੇ ਪਿੱਟ ਵੱਲ ਕੁੱਤੇ ਨੇ ਆਪਣੇ ਜਾਨਲੇਵਾ ਹਮਲਾ ਕੀਤਾ, ਉਹਦੇ ਸੰਬੰਧੀ ਤੁਹਾਡਾ ਕੀ ਕਹਿਣਾ ਜੀ? ਦੇਖੋ, ਸਰਕਾਰ ਵੱਲੋਂ ਵੈਸੇ ਤਾਂ ਇਹ ਨਸਲ ਬੈਨ ਕਰੀ ਹੋਈ, ਬਹੁਤ ਲੋਕਾਂ ਨੂੰ ਟਾਈਮ ਟਾਈਮ ਤੇ ਸਰਕਾਰ ਵੀ ਜਾਣਕਾਰੀ ਦਿੰਦੀ ਆ, ਅਸੀਂ ਵੀ ਪਿੰਡ ਤੇ ਪੰਚਾਇਤ ਪੱਧਰੋਂ ਪਸ਼ੂ ਹਸਪਤਾਲ ਪੱਧਰ ਤੋਂ ਜਾਣਕਾਰੀ ਦਿੰਦੇ ਆ, ਪਰ ਕਈ ਵਾਰ ਇਹੋ ਜਿਹੇ ਚਾਂਸ ਹੁੰਦੇ ਆ ਵੀ ਜਿੱਥੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ, ਅਗਿਆਨਤਾ ਦੇ ਵਿੱਚ ਲੋਕ ਆਪਣੇ ਘਰਾਂ 'ਚ ਕੁੱਤੇ ਰੱਖ ਲੈਂਦੇ ਆ। ਵੈਸੇ ਇਹ ਨਸਲ ਬੈਨ ਆ, ਇਹ ਘਰਾਂ 'ਚ ਰਹਿਣੀ ਨਹੀਂ ਚਾਹੀਦੀ, ਆਬਾਦੀ ਦੇ ਵਿੱਚ ਨਹੀਂ ਰਹਿਣੀ ਚਾਹੀਦੀ। ਇਹ ਸ਼ਿਕਾਰ ਸ਼ਿਕੂਰ ਵਾਸਤੇ ਲੋਕ ਵਰਤਦੇ ਤੇ ਫਾਰਮਾਂ 'ਚ ਰੱਖਦੇ ਤੇ, ਇਹ ਸੰਘਣੀ ਆਬਾਦੀ 'ਚ ਨਸਲ ਦੇ ਜਿਹੜਾ ਇਹਨੂੰ ਬੈਨ ਪੂਰਨ ਤੌਰ 'ਤੇ ਕਰਨਾ ਚਾਹੀਦਾ, ਤਾਂ ਕਿ ਜਿਹੜੇ ਕਾਗਜ਼ਾਂ 'ਚ ਬੈਨ ਕਰਿਆ ਵਾ ਉਹ ਨਾ ਰਹੇ। ਤੁਸੀਂ ਦੇਖਿਆ ਇਸ ਨਸਲ ਦੇ ਨਾਲ ਪਿੱਛੇ ਪਹਿਲਾਂ 2 ਕੁੜੀਆਂ ਦੀ ਡੈਥ ਹੋਈ ਆ, ਜਿਵੇਂ ਇਹਨਾਂ ਨੇ ਰਣਧੀਰ ਸਿੰਘ ਨੇ ਦੱਸਿਆ, ਇਹਨਾਂ ਦੇ ਭਤੀਜੇ ਤੇ 12 ਸਾਲ ਦੇ ਭਤੀਜੇ ਤੇ ਪੈ ਗਿਆ, ਤਾਂ ਜੇ ਉਹ ਬੱਚੇ ਤੇ ਪੈ ਜਾਂਦਾ ਤਾਂ ਉਹ ਬੱਚੇ ਨੂੰ ਤਾਂ ਮਾਰ ਕੇ ਛੱਡਦਾ। ਫਿਰ ਰਾਤ ਅਸੀਂ ਜਦੋਂ ਇੱਥੇ ਜਦੋ ਜਾਇਦ ਹੋਈ, ਬਹੁਤ ਜਦੋ ਜਾਇਦ ਤੋਂ ਬਾਅਦ 2 ਘੰਟੇ ਬਾਅਦ ਇਹਨੂੰ ਛੁੱਟਿਆ ਤੇ ਕੁੱਤਾ ਪਿੱਛੇ ਗਿਆ, ਫਿਰ ਪੁਲਿਸ ਨਾਲ ਸੰਪਰਕ ਕਰੇ ਗਿਆ, ਪੁਲਿਸ ਦੇ ਜਵਾਨ ਆਏ, ਫਿਰ ਉੱਥੋਂ ਕੁੱਤੇ ਨੇ ਛੱਡਣ ਤੋਂ ਬਾਅਦ ਇਸ ਬੰਦੇ ਦੇ ਪਰਿਵਾਰ ਦੇ ਵਿੱਚ ਮੂਹਰੇ ਗੇਟ ਤੇ ਬੈਠ ਗਿਆ ਕੁੱਤਾ, ਨਾ ਤਾਂ ਅਸੀਂ ਅੰਦਰ ਆ ਸਕਦੇ ਤੇ ਪੁਲਿਸ ਦੀ ਮਦਦ ਨਾਲ ਅਸੀਂ ਅੰਦਰ ਆਏ। ਫਿਰ ਇਹਨਾਂ ਨੂੰ ਐਂਬੂਲੈਂਸ ਦੇ ਨਾਲ ਮੋਰਿੰਡਾ ਹੋਸਪਿਟਲ ਪਹੁੰਚਾਇਆ, ਉੱਥੋਂ 6 ਫੇਸ ਰੈਫਰ ਕਰਤਾ, ਫਿਰ 32 ਗਿਆ, 32 ਤੋਂ ਇਹਨਾਂ ਨੂੰ ਦਾ ਇਲਾਜ ਚੱਲਿਆ, ਜਿਹੜਾ ਕਿ ਡਾਕਟਰਾਂ ਦੇ ਮੁਤਾਬਕ ਅਜੇ ਲਗਭਗ 2 ਮਹੀਨੇ ਇਹਨੂੰ ਬੈੱਡ ਰੈਸਟ ਦਊ। ਜਿਹੜਾ ਹੁਣ ਤੁਸੀਂ ਇਹਦੇ ਪ੍ਰਤੀ ਕੋਈ ਪਿੰਡਾਂ ਦੇ ਵਿੱਚ ਜਿਹੜੇ ਤੁਸੀਂ ਕੁੱਤੇ ਰੱਖੇ, ਜਿਹਦੇ ਘਰਾਂ 'ਚ ਕੁੱਤੇ ਰੱਖੇ ਹੋਏ, ਉਹਨਾਂ ਪ੍ਰਤੀ ਹੁਣ ਤੁਸੀਂ ਕੀ ਕਾਰਵਾਈ ਕਰਨ ਜਾ ਰਹੇ ਹੋ? ਅਸੀਂ ਇੱਕ ਵਾਰ ਤਾਂ ਗੁਰੂ ਘਰ ਤੋਂ ਅਲੋਸਮੈਂਟ ਸਵੇਰੇ ਕਰਵਾ ਚੁੱਕੇ ਹਾਂ, ਅਤੇ ਪਹਿਲਾਂ ਵੀ ਅਸੀਂ ਇਹਨਾਂ ਦਾ ਟਾਈਮ ਟੂ ਟਾਈਮ ਜਿਵੇਂ ਆਮ ਜਲਾਸ ਵਗੈਰਾ ਦੇ ਵਿੱਚ ਦੱਸਦੇ ਹਾਂ ਵੀ ਇਹ ਨਸਲਾਂ ਜਿਹੜੀਆਂ ਬੈਨ ਆ ਸਰਕਾਰ ਵੱਲੋਂ, ਉਹਨਾਂ ਜਾਣਕਾਰੀ ਦਿੰਦੇ, ਪਰ ਅੱਜ ਸ਼ਾਮ ਨੂੰ ਅਸੀਂ ਇੱਕ ਪਿੰਡ ਦੇ ਜਿਹੜੇ ਮੋਹਤਵਰ ਬੰਦੇ, ਪੰਚਾਇਤ ਮੈਂਬਰ ਆ, ਕਲੱਬ ਮੈਂਬਰ ਆ, ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ, ਇਹਨਾਂ ਨੂੰ ਸਾਰਿਆਂ ਨੂੰ ਸੱਦਿਆ ਪੰਚਾਇਤ ਵੱਲੋਂ, ਅਤੇ ਉੱਥੇ ਅਸੀਂ ਡਿਸੀਜਨ ਲੈ ਕੇ ਇਸ ਸਮੇਂ ਸਾਡੀ ਜਿਹੜੀ ਜਾਣਕਾਰੀ ਅਨੁਸਾਰ ਪਿੰਡ ਦੇ ਵਿੱਚ 9 ਕੁੱਤੇ ਆ ਪਿੱਟੂ ਵਾਲੇ, ਅਸੀਂ ਸਾਰਿਆਂ ਨੂੰ ਜਨਤਕ ਨੋਟਿਸ ਵੀ ਦੇ ਰਹੇ ਹਾਂ ਅਤੇ ਉਹਨਾਂ ਦੇ ਇਕੱਲੇ ਇਕੱਲੇ ਘਰ ਨੂੰ ਨੋਟਿਸ ਦੇ ਰਹੇ ਹਾਂ, ਤਾਂ ਕਿ 7 ਦਿਨ ਦੇ ਵਿੱਚ ਵਿੱਚ ਇਹ ਜਿਹੜੇ ਕੁੱਤੇ ਆ ਪਿੰਡ ਦੀ ਆਬਾਦੀ ਤੋਂ ਬਾਹਰ ਕੱਢੇ ਜਾਣ। ਜੇ ਨਹੀਂ ਕੱਢਦੇ ਤਾਂ ਇਨਕੇਸ ਜੇ ਕੋਈ ਉਹਨਾਂ ਦੇ ਪਰਿਵਾਰ 'ਚ ਕੋਈ ਘਟਨਾ ਹੁੰਦੀ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ, ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਰ, ਪਰਿਵਾਰ ਦੀ ਤਾਂ ਗੱਲ ਛੱਡੋ ਜੀ, ਜੇ ਉਹ ਉਹਨਾਂ ਦਾ ਖਬਰੋਂ ਮੈਂ ਅੱਜ ਤੱਕ ਲਈ ਬਸ ਇਤਨਾ ਹੀ। ਮਿਲਦੇ ਹੈ ਫਿਰ ਐਸੀ ਹੀ ਬੜੀ ਖਬਰ ਕੇ ਸਾਥ, ਤਬ ਤੱਕ ਕੇ ਲਈ ਨਮਸਕਾਰ ਔਰ ਦੇਖਤੇ ਰਹੀਏ ਇੰਡੀਅਨ ਟੀਵੀ ਨਿਊਜ਼।